ਪ੍ਰਭੂ ਯਿਸੂ ਮਸੀਹ ਕਿਉਂ ਆਏ ਸੀ? ਪ੍ਰਭੂ ਯਿਸੂ ਮਸੀਹ ਸਾਨੂੰ ਸਿਖਾਉਣ ਲਈ ਆਏ ਸੀ ਨਾ, ਤੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਕਿ ਯਹੂਦਾ ਇਸਕਰਯੋਤੀ ਰੋਜ਼ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦਾ ਸੀ, ਉਸੇ ਗਰੁੱਪ ਦੇ ਵਿੱਚ ਰਹਿੰਦਾ ਸੀ। ਯਾਰ ਸਾਨੂੰ ਤੇ ਹੋ ਸਕਦਾ ਕਿ ਬਹੁਤ ਸਾਰੀਆਂ ਸਾਡੇ ਵਿਰੁੱਧ ਜਿਹੜੀਆਂ ਪਲੈਨਿੰਗਸ ਕੀਤੀਆਂ ਜਾ ਰਹੀਆਂ ਸਾਡੇ ਆਪਣੇ ਲੋਕਾਂ ਦੇ ਵੱਲੋਂ ਸਾਨੂੰ ਉਹ ਸਮਝ ਵਿੱਚ ਨਾ ਹੋਣ, ਪਰ ਪ੍ਰਭੂ ਯਿਸੂ ਮਸੀਹ ਤੋਂ ਤਾਂ ਕੋਈ ਪਲੈਨਿੰਗ ਛੁਪੀ ਹੋਈ ਨਹੀਂ ਸੀ। ਪ੍ਰਭੂ ਯਿਸੂ ਮਸੀਹ ਨੂੰ ਤਾਂ ਪਤਾ ਸੀ ਨਾ ਕਿ ਯਹੂਦਾ ਨੇ ਉਹਨਾਂ ਦੇ ਲਈ, ਮਤਲਬ ਯਹੂਦਾ ਨੇ ਹੀ ਫੜਾਉਣਾ ਆ ਪ੍ਰਭੂ ਯਿਸੂ ਮਸੀਹ ਨੂੰ, ਕਿ ਯਹੂਦਾ ਢਿੱਡੋਂ ਉਹਨਾਂ ਦੇ ਨਾਲ ਨਹੀਂ ਆ। ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀ, ਪਰ ਪ੍ਰਭੂ ਯਿਸੂ ਮਸੀਹ ਨੇ ਕਦੀ ਵੀ ਕੋਈ ਵੀ ਚੀਜ਼ ਦੇ ਵਿੱਚ ਉਹਦੇ ਨਾਲ ਪੱਖਪਾਤ ਨਹੀਂ ਕੀਤਾ। ਆਖਰੀ ਭੋਜਨ ਦੇ ਵੇਲੇ ਵੀ ਉਹਨੂੰ ਵੀ ਨਾਲ ਹੀ ਬੁਰਕੀ ਦਿੱਤੀ, ਐਂਡ ਵਾਲੇ ਟਾਈਮ 'ਤੇ ਵੀ ਉਹਨੂੰ ਬੁਰਕੀ ਦਿੱਤੀ। ਤਾਂ ਸਾਨੂੰ ਇਹ ਚੀਜ਼ ਜਿਹੜੀ ਆ ਸਮਝਣੀ ਹੋਊਗੀ ਕਿ ਅਸੀਂ ਫਿਰ ਪ੍ਰਭੂ ਯਿਸੂ ਮਸੀਹ ਨੂੰ ਅਗਰ ਰੋਜ਼ ਦੀ ਰੋਜ਼ ਦੇਖ ਰਹੇ ਤਾਂ ਕੀ ਸਿੱਖ ਰਹੇ ਹਾਂ। ਇੱਕ ਸਾਡੇ ਹੀ ਗਰੁੱਪ ਦੇ ਵਿੱਚ ਕੋਈ ਇਹੋ ਜਿਹਾ ਇਨਸਾਨ ਆ ਜਿਹੜਾ ਸਾਡੇ ਵਿਰੋਧ ਆ, ਸਾਨੂੰ ਸਮਝ ਲੱਗ ਗਿਆ, ਸਾਨੂੰ ਪਤਾ ਲੱਗ ਗਿਆ, ਮਤਲਬ ਪ੍ਰਭੂ ਯਿਸੂ ਮਸੀਹ ਨੂੰ ਪ੍ਰੋਪਰ ਪਤਾ ਸੀਗਾ ਕਿ ਹਾਂ ਵੀ ਯਹੂਦਾ ਨੇ ਕਰਨਾ, ਅਰ ਉਹਨਾਂ ਨੇ ਡਿਕਲੇਅਰ ਕੀਤਾ ਐਂਡ ਦੇ ਵਿੱਚ, ਉਹ ਕਹਿੰਦੇ ਉਹ ਨਾਲ ਹੀ ਆ, ਉਹ ਇੱਥੇ ਹੀ ਆ ਜਿਹਨੂੰ ਜਿਹਨੇ ਮੈਨੂੰ ਫੜਾਉਣਾ ਆ, ਹੈ ਨਾ। ਅਤੇ ਮਤਲਬ ਉਹਨਾਂ ਨੇ ਦੱਸ ਵੀ ਦਿੱਤਾ, ਪਰ ਪ੍ਰਭੂ ਨੇ ਨਹੀਂ ਉਹਨੂੰ ਕਿਹਾ ਕਿ ਨਿਕਲ ਜਾ। ਸੇਮ ਤਰੀਕੇ ਦੇ ਨਾਲ ਅਗਰ ਸਾਨੂੰ ਪਤਾ ਲੱਗ ਵੀ ਗਿਆ ਕਿ ਸਾਡੇ ਗਰੁੱਪ ਵਿੱਚ ਉਹ ਕੌਣ ਆ, ਉਹਦੇ ਲਈ ਪ੍ਰਾਰਥਨਾ ਕਰੋ। ਕਹਿੰਦਾ ਜੇ ਤੇਰੇ ਵਿੱਚ ਰਾਈ ਦੇ ਦਾਣੇ ਸਮਾਨ ਨੇਚਾ ਆ, ਤੂੰ ਪਹਾੜਾਂ ਨੂੰ ਕਹੇ ਤਾਂ ਉਹ ਉੱਖੜ ਜਾਣਗੇ ਅਤੇ ਸਮੁੰਦਰ ਵਿੱਚ ਜਾ ਪੈਣਗੇ। ਕੀ ਤੇਰੇ ਅੰਦਰ ਰਾਈ ਦੇ ਦਾਣੇ ਸਮਾਨ ਵੀ ਨੇਚਾ ਨਹੀਂ ਆ? ਕੀ ਤੈਨੂੰ ਇੰਨਾ ਵੀ ਭਰੋਸਾ ਨਹੀਂ ਹੈ ਕਿ ਮੇਰੀ ਪ੍ਰਾਰਥਨਾ ਕਿਸੇ ਨੂੰ ਬਦਲ ਸਕਦੀ ਆ? ਅਤੇ ਜੇਕਰ ਤੇਰੀ ਪ੍ਰਾਰਥਨਾ ਤੇਰੇ ਆਪਣੇ ਤੇਰੇ ਨਾਲ ਗਲਤ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਹੀਂ ਬਦਲ ਸਕਦੀ, ਇਟ ਮੀਨ ਤੇਰੀ ਪ੍ਰਾਰਥਨਾ ਹੋਰ ਵੀ ਕੁਛ ਨਹੀਂ ਕਰ ਸਕਦੀ। ਫਿਰ ਇੱਦਾਂ ਥੋੜ੍ਹੀ ਹੈ ਕਿ ਤੇਰੀ ਪ੍ਰਾਰਥਨਾ ਜਿਹੜੀ ਆ ਸਿਰਫ ਤੇਰੇ ਲਈ ਕੰਮ ਕਰੂਗੀ। ਵਚਨ 'ਚ ਤਾਂ ਲਿਖਿਆ ਇੱਕ ਦੂਜੇ ਲਈ ਪ੍ਰਾਰਥਨਾ ਕਰੋ, ਇਟ ਮੀਨ ਤੇਰੀ ਪ੍ਰਾਰਥਨਾ ਦੂਜਿਆਂ ਦੇ ਲਈ ਵੀ ਕੰਮ ਕਰਦੀ ਆ। ਤਾਂ ਅਗਰ ਅਸੀਂ ਸੇਵਕਾਈ ਕਰ ਰਹੇ ਹਾਂ ਤਾਂ ਸਾਨੂੰ ਲੱਗਦਾ ਆ ਕਿ ਕੋਈ ਸਾਡੇ ਨਾਲ ਪਾਰਸ਼ੈਲਿਟੀ ਕਰ ਰਿਹਾ ਆ, ਕੋਈ ਮਤਲਬ ਜਿਹੜਾ ਆ ਉਹ ਡਿਸਅਪੋਇੰਟਮੈਂਟ ਤੁਹਾਡੀ ਬਣ ਰਿਹਾ ਆ। ਤਾਂ ਤੁਸੀਂ ਜਿਹੜਾ ਆ ਤੁਸੀਂ ਉਹਦੇ ਲਈ ਪ੍ਰੇਅਰ ਕਰਨੀ ਸ਼ੁਰੂ ਕਰੋ। ਤੁਸੀਂ ਉਹਦੇ ਲਈ ਪ੍ਰੇਅਰ ਕਰੋ ਕਿ ਇਹ ਖੁਦਾਵੰਦ, ਖੁਦਾ ਜੀ ਤੁਸੀਂ ਆਪਣਾ ਮਨ ਇਹਦੇ ਅੰਦਰ ਪਾਓ, ਖੁਦਾ ਜੀ ਤੁਸੀਂ ਆਪਣਾ ਦਿਲ ਇਹਦੇ ਅੰਦਰ ਪਾਓ, ਖੁਦਾ ਜੀ ਤੁਸੀਂ ਆਪਣੀ ਕਿਰਪਾ ਇਹਦੇ ਉੱਤੇ ਕਰੋ। ਔਰ ਪ੍ਰਭੂ ਮੈਨੂੰ ਜਿਹੜਾ ਲੱਗ ਰਿਹਾ ਕਿ ਮੈਨੂੰ ਡਿਸਟਰਬ ਕਰਦਾ ਆ, ਪ੍ਰਭੂ ਜਿਹੜਾ ਮੈਨੂੰ ਲੱਗਦਾ ਕਿ ਮੇਰੇ ਵਿਰੁੱਧ ਜਿਹੜੀਆਂ ਆ ਯੋਜਨਾਵਾਂ ਬਣਾ ਰਿਹਾ, ਖੁਦਾ ਮੇਰਾ ਵੀ ਨਰਮਾਈ ਨਾਲ ਸੁਧਾਰ ਕਰੋ। ਅਗਰ ਮੈਂ ਗਲਤ ਹਾਂ ਤਾਂ ਮੇਰੇ ਖੁਦਾ ਮੇਰੇ ਅੰਦਰੋਂ ਹਰੇਕ ਗਲਤ ਚੀਜ਼ ਨੂੰ ਕੱਢ ਦਿਓ, ਮੇਰੇ ਅੰਦਰੋਂ ਹਰ ਗਲਤ ਥੋਟ ਨੂੰ ਕੱਢ ਦਿਓ। ਔਰ ਖੁਦਾ ਅਗਰ ਇਹ ਜਾਣ ਬੁੱਝ ਕੇ ਮੇਰੇ ਨਾਲ ਕਰ ਰਿਹਾ, ਇਹ ਗਲਤ ਹੋ ਹੀ ਨਹੀਂ ਸਕਦਾ ਕਿਉਂਕਿ ਕਿਸੇ ਇਨਸਾਨ ਨੂੰ ਤੁਸੀਂ ਗਲਤ ਬਣਾਇਆ ਹੀ ਨਹੀਂ, ਪਰ ਇਹ ਵੈਰੀ ਦੀ ਯੋਜਨਾ ਆ ਜਿਹੜੀ ਸਾਨੂੰ, ਜਿਹੜੀ ਇਸ ਵਿਅਕਤੀ ਨੂੰ ਮੇਰੇ ਵਿਰੁੱਧ ਯੂਜ਼ ਕਰ ਰਹੀ ਆ, ਜਾਂ ਇਹ ਵੈਰੀ ਦੀ ਯੋਜਨਾ ਹੈ ਜਿਹੜੀ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਆ, ਪਰ ਮੈਂ ਵੈਰੀ ਨੂੰ ਕਾਮਯਾਬ ਨਹੀਂ ਹੋਣ ਦਿਆਂਗਾ। ਮੈਂ ਪਿਤਾ ਪਰਮੇਸ਼ਵਰ ਤੁਹਾਡੀ ਹਜ਼ੂਰੀ ਵਿੱਚ ਆਇਆ, ਜਿਹੜੇ ਤੁਹਾਨੂੰ ਤੱਕਦੇ ਹੋ ਕਦੀ ਸ਼ਰਮਿੰਦੇ ਨਹੀਂ ਹੁੰਦੇ, ਸ਼ਰਮਿੰਦੇ ਉਹ ਹੁੰਦੇ ਆ ਜਿਹੜੇ ਧੋਖਾ ਦਿੰਦੇ ਆ। ਤਾਂ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਰਮਿੰਦਗੀ ਆ, ਤਾਂ ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਕਿਸੇ ਨੂੰ ਧੋਖਾ ਦੇ ਰਹੇ ਹੋ। ਕਹਿੰਦਾ ਜਿਹੜੇ ਯਹੋਵਾ ਵੱਲ ਤੱਕਦੇ ਹੋ ਸ਼ਰਮਿੰਦੇ ਨਹੀਂ ਹੁੰਦੇ, ਸ਼ਰਮਿੰਦੇ ਤਾਂ ਉਹ ਹੁੰਦੇ ਜਿਹੜੇ ਮੱਲੋ ਮੱਲੀ ਧੋਖਾ ਦਿੰਦੇ ਆ। ਤਾਂ ਅਗਰ ਸ਼ਰਮਿੰਦਗੀ ਆ ਤੁਹਾਡੀ ਲਾਈਫ ਦੇ ਵਿੱਚ, ਤਾਂ ਦੇਖੋ ਤੁਸੀਂ ਕਿੱਥੇ ਚੀਟ ਕਰ ਰਹੇ ਹਾਂ, ਕਿਹਨੂੰ ਚੀਟ ਕਰ ਰਹੇ ਹੋ। ਔਰ ਅਗਰ ਤੁਸੀਂ ਚੀਟ ਨਹੀਂ ਕਰ ਰਹੇ ਤਾਂ ਭੁੱਲ ਜਾਓ ਕਿ ਤੁਸੀਂ ਸ਼ਰਮਿੰਦੇ ਹੋਵੋਗੇ, ਫਿਰ ਯਾਦ ਰੱਖੋ ਕਿ ਜੋ ਤੁਸੀਂ ਪ੍ਰਾਰਥਨਾ ਕਰ ਰਹੇ ਹਾਂ ਉਹਦਾ ਉੱਤਰ ਜ਼ਰੂਰ ਆਊਗਾ, ਡੈਫੀਨੇਟਲੀ ਉਸ ਪ੍ਰਾਰਥਨਾ ਦਾ ਉੱਤਰ ਆਊਗਾ। ਅਗਰ ਤੁਸੀਂ ਪਰਮੇਸ਼ਵਰ ਨਾਲ ਵਫ਼ਾਦਾਰ ਆ, ਤਾਂ ਉਹ ਵਫ਼ਾਦਾਰਾਂ ਦਾ ਵਫ਼ਾਦਾਰ ਖੁਦਾ ਆ। ਅਗਰ ਤੁਸੀਂ ਸੱਚਾਈ ਦੇ ਨਾਲ ਚੱਲ ਰਹੇ ਹਾਂ, ਰੂਹ ਦੇ ਨਾਲ ਚੱਲ ਰਹੇ, ਉਹ ਜ਼ਰੂਰ ਤੁਹਾਨੂੰ ਉੱਚਾ ਚੱਕੇਗਾ, ਜ਼ਰੂਰ ਤੁਹਾਨੂੰ ਉੱਚਾ ਚੱਕੇਗਾ। ਤੁਹਾਡਾ ਦਿਨ ਆਏਗਾ, ਤੁਹਾਡਾ ਟਾਈਮ ਆਏਗਾ ਕਿ ਤੁਸੀਂ ਉੱਚੇ ਚੱਕੇ ਜਾਓ। ਔਰ ਜਿਹੜਾ ਤੁਹਾਨੂੰ ਚੀਟ ਕਰ ਰਿਹਾ ਆ, ਜਿਹੜਾ ਤੁਹਾਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਿਹਾ, ਟਾਈਮ ਉਹਦਾ ਵੀ ਆਏਗਾ
ਕਿ ਉਹ ਨੀਵਾਂ ਕੀਤਾ ਜਾਏ। ਬਚਨ 'ਚ ਅਸੀਂ ਕੱਲ੍ਹ ਹੀ ਦੇਖਿਆ ਸੀਗਾ ਕਿ ਜੇ ਕੋਈ ਉੱਚਾ ਹੋਣਾ ਚਾਹੁੰਦਾ ਆ ਤਾਂ ਉਹ ਆਪਣੇ ਆਪ ਨੂੰ ਨੀਵਾਂ ਕਰੇ। ਤਾਂ ਮਤਲਬ ਅਗਰ ਅਸੀਂ ਉੱਚਾ ਹੋਣਾ ਆ ਤਾਂ ਉੱਚੇ ਹੋਣ ਦੇ ਲਈ ਅੱਡੀਆਂ ਨਾ ਚੱਕੋ, ਉੱਚੇ ਹੋਣ ਦੇ ਲਈ ਆਪਣੇ ਕੰਮ ਜਿਹੜੇ ਆ ਨਾ ਉਹਨਾਂ ਦੇ ਰਾਹੀਂ ਪ੍ਰੂਵ ਕਰੋ ਕਿ ਮੈਂ ਆਪਣਾ ਬੈਸਟ ਦੇ ਰਿਹਾ ਹਾਂ। ਹਾਂ, ਅਗਰ ਮੇਰੇ ਬੌਸ ਨੂੰ ਮੇਰਾ ਬੈਸਟ ਨਹੀਂ ਦੇਖ ਰਿਹਾ, ਨੋ ਪ੍ਰੋਬਲਮ। ਅਗਰ ਮੇਰੇ ਸੀਨੀਅਰ ਬੌਸ ਨੂੰ ਮੇਰਾ ਬੈਸਟ ਨਹੀਂ ਦੇਖ ਰਿਹਾ, ਨੋ ਪ੍ਰੋਬਲਮ। ਪਰ ਮੇਰੇ ਖੁਦਾਵੰਦ ਨੂੰ, ਮੇਰੇ ਬੌਸਾਂ ਦੇ ਬੌਸ ਨੂੰ, ਜਿਹੜਾ ਮਾਸਟਰ ਬੌਸ ਆ, ਗ੍ਰੇਟ ਬੌਸ ਆ, ਉਹਨੂੰ ਨਜ਼ਰ ਆ ਰਿਹਾ ਹੈ, ਖੁਦਾਵੰਦ ਨੂੰ ਨਜ਼ਰ ਆ ਰਿਹਾ ਹੈ। ਤਾਂ ਮੈਂ ਬਚਨ ਦੇ ਵਿੱਚ ਕੀ ਲਿਖਿਆ, ਕਹਿੰਦਾ ਹਰ ਕੰਮ ਜੋ ਵੀ ਕਰੋ ਪਰਮੇਸ਼ਵਰ ਦੇ ਲਈ ਕਰੋ, ਮਨੁੱਖਾਂ ਦੇ ਲਈ ਨਹੀਂ, ਪਰਮੇਸ਼ਵਰ ਦੇ ਲਈ ਕਰੋ। ਤਾਂ ਜਦ ਕਦੇ ਵੀ ਤੁਸੀਂ ਕੰਮ ਕਰਦੇ ਹੋ, ਆਲ ਦਾ ਟਾਈਮ ਤੁਸੀਂ ਇਸ ਚੀਜ਼ ਨੂੰ ਰੱਖ ਕੇ ਕਰੋ ਕਿ ਮੈਂ ਖੁਦਾ ਦੇ ਲਈ ਕਰ ਰਿਹਾ, ਭਾਵੇਂ ਮੈਨੂੰ ਇੱਥੇ ਮਨੁੱਖ ਰਿਵਾਰਡ ਦੇਣ ਜਾਂ ਨਾ ਦੇਣ, ਮੇਰਾ ਰਿਵਾਰਡ ਪਰਮੇਸ਼ਵਰ ਤੋਂ ਮੈਨੂੰ ਮਿਲੇਗਾ। ਮੇਰਾ ਪਰਮੇਸ਼ਵਰ ਮੇਰੀ ਮਿਹਨਤ ਦਾ ਮੁੱਲ ਜ਼ਰੂਰ ਮੋੜੇਗਾ, ਮੇਰਾ ਪਰਮੇਸ਼ਵਰ ਮੇਰੀ ਵਫਾਦਾਰੀ ਦਾ ਸਿਲਾ ਮੈਨੂੰ ਜ਼ਰੂਰ ਦੇਵੇਗਾ। ਮੇਰੀ ਆਸ ਮੇਰੇ ਪਰਮੇਸ਼ਵਰ ਤੋਂ ਆ, ਮੇਰੀ ਆਸ ਦੀ, ਮੇਰੇ ਅੰਦਰ ਕੋਈ ਆਸ ਦੀ ਢਿੱਲ ਨਹੀਂ ਆ। ਮੇਰਾ ਪਰਮੇਸ਼ਵਰ ਮੇਰੀ ਫਤਿਹ ਦਾ ਸਿੰਘ ਆ, ਉਹ ਮੇਰਾ ਉੱਚਾ ਗੜ ਆ, ਉਹ ਮੇਰੀ ਮਜ਼ਬੂਤ ਚਟਾਨ ਆ। ਔਰ ਜਦ ਤੁਸੀਂ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ ਪ੍ਰਾਰਥਨਾ ਕਰਦੇ ਰਹੋਗੇ ਵਿਦਆਊਟ ਐਨੀ, ਉਹ ਜਿਹੜੀਆਂ ਤੁਹਾਡੇ ਅੰਦਰ ਗਲਤ ਚੀਜ਼ਾਂ ਚੱਲ ਰਹੀਆਂ, ਗਲਤ ਥੋਟ ਚੱਲ ਰਹੇ, ਨਫ਼ਰਤ ਚੱਲ ਰਹੀ ਆ, ਉਹ ਵੈਰੀ ਨੇ ਤੁਹਾਡੀ ਡਿਸਟਰਬੈਂਸ ਦੇ ਲਈ ਪਾਇਆ ਆ ਕਿ ਜਿੰਨੀ ਤੁਸੀਂ ਪ੍ਰਾਰਥਨਾ ਕਰਦੇ ਵੈਰੀ ਤੁਹਾਨੂੰ ਕਿਸੇ ਇੱਕ ਬੰਦੇ ਰਾਹੀਂ ਡਿਸਟਰਬ ਕਰ ਦਿੰਦਾ। ਫੋਰ ਐਗਜ਼ਾਮਪਲ ਕਿ ਮੈਂ 2 ਘੰਟੇ ਪ੍ਰਾਰਥਨਾ ਕੀਤੀ ਔਰ ਮੈਂ ਪ੍ਰਾਰਥਨਾ ਕਰਕੇ ਆਪਣੀ ਜੋਬ 'ਤੇ ਜਾਵਾਂ ਅਤੇ ਉੱਥੇ ਕੋਈ ਵਿਅਕਤੀ ਜਿਹੜਾ ਆ ਉਹ ਮੇਰੇ ਨਾਲ ਮਿਸਬਿਹੇਵ ਕਰੇ, ਤਾਂ ਕੀ ਆ, ਉਹ ਵੈਰੀ ਨਹੀਂ ਚਾਹੁੰਦਾ ਕਿ ਉਹ ਪ੍ਰਾਰਥਨਾ ਦਾ ਜਿਹੜਾ ਆਨੰਦ ਮੈਨੂੰ ਆਇਆ ਆ ਕਿ ਉਹ ਬਣਿਆ ਰਹੇ। ਉਹਦੀ ਹਰ ਮੁਮਕਿਨ ਕੋਸ਼ਿਸ਼ ਆ ਕਿ ਉਹ ਮੈਨੂੰ ਉਸ ਪ੍ਰਾਰਥਨਾ ਦੇ ਆਨੰਦ ਤੋਂ ਚੋਰੀ ਕਰ ਲਵੇ, ਉਸ ਪ੍ਰਾਰਥਨਾ ਦੇ ਆਨੰਦ ਨੂੰ ਉਹ ਚੋਰੀ ਕਰਨਾ ਚਾਹੁੰਦਾ। ਤਾਂ ਉਹ ਕਿਸੇ ਵੀਕ ਪਰਸਨ ਨੂੰ, ਮਤਲਬ ਜਿਹਦੀ ਲਾਈਫ 'ਚ ਪ੍ਰੇਅਰ ਨਹੀਂ ਆ ਜਾਂ ਜਿਹਦੀ ਲਾਈਫ ਦੇ ਵਿੱਚ ਕੋਈ ਨਾ ਕੋਈ ਡੋਰ ਓਪਨ ਹੈ, ਉਹ ਉਹਨੂੰ ਯੂਜ਼ ਕਰੇਗਾ ਕਿ ਜਾ ਕੇ ਇਹਦੀ ਸ਼ਾਂਤੀ ਖਰਾਬ ਕਰਦੇ, ਕਿਉਂਕਿ ਉਹਨੇ ਆਪ ਤਾਂ ਸਿੰਗ ਲਾ ਕੇ ਨਹੀਂ ਆਉਣਾ ਕਿ ਮੈਂ ਆ ਗਿਆ ਆ, ਮੈਂ ਤੇ ਕੱਢ ਆਪਣੀ ਸ਼ਾਂਤੀ ਅਤੇ ਮੈਂ ਤੇਰੀ ਸ਼ਾਂਤੀ ਲੈਣ ਵਾਸਤੇ ਆਇਆ। ਤਾਂ ਵੈਰੀ ਨੇ ਇੱਦਾਂ ਦਾ ਕੁਛ ਨਹੀਂ ਕਰਨਾ, ਉਹਨੇ ਤੁਹਾਡੇ ਅਗੇਂਸਟ ਕਿਸੇ ਬੰਦੇ ਨੂੰ ਖੜਾ ਕਰ ਦੇਣਾ, ਤੁਹਾਡੇ ਅਗੇਂਸਟ ਕੋਈ ਪਲੈਨਿੰਗ ਖੜੀ ਕਰ ਦੇਣੀ, ਕੋਈ ਕੰਮ ਕਰ ਦੇਣਾ। ਤਾਂ ਤੁਸੀਂ ਉਸ ਵੇਲੇ ਸਮਝੋ, ਅਗਰ ਤੁਹਾਨੂੰ ਇਸ ਗੱਲ ਦੀ ਨੌਲੇਜ ਹੋਏਗੀ ਕਿ ਮੈਂ ਅੱਜ ਪ੍ਰਾਰਥਨਾ ਕਰਕੇ ਬੜਾ ਆਨੰਦ ਮਹਿਸੂਸ ਕੀਤਾ, ਮੈਂ ਬੜਾ ਸ਼ਾਂਤੀ ਦੇ ਨਾਲ ਭਰਿਆ ਹੋਇਆ, ਤਾਂ ਇਹ ਸਾਰੀ ਯੋਜਨਾ ਜਿਹੜੀ ਹੈ ਨਾ, ਇਹ ਵੈਰੀ ਦੀ ਇਸੇ ਲਈ ਆ ਕਿ ਮੇਰੀ ਸ਼ਾਂਤੀ ਨੂੰ ਚੋਰੀ ਕਰ ਸਕੇ। ਤਾਂ ਤੁਸੀਂ ਬਿਲਕੁਲ ਵੀ ਡਿਸਟਰਬ ਨਹੀਂ ਹੋਵੋਗੇ, ਕਿਉਂਕਿ ਤੁਹਾਨੂੰ ਸਮਝ ਹੋਏਗੀ ਕਿ ਇਹ ਇਸ ਮਨੁੱਖ ਦਾ ਕੰਮ ਨਹੀਂ ਆ, ਜਿਹੜਾ ਮਨੁੱਖ ਮੇਰੇ ਨਾਲ ਗੱਲ ਕਰ ਰਿਹਾ ਇਹ ਇਹਦਾ ਕੰਮ ਨਹੀਂ ਆ, ਇਹਨੂੰ ਯੂਜ਼ ਕੀਤਾ ਜਾ ਰਿਹਾ ਆ ਇੱਕ ਇਨਵਿਜ਼ੀਬਲ ਪਾਵਰ ਦੇ ਵੱਲੋਂ, ਕਿਉਂਕਿ ਮੇਰੀ ਲੜਾਈ ਲਹੂ ਮਾਸ ਨਾਲ ਹੈ ਹੀ ਨਹੀਂ, ਮੇਰੀ ਲੜਾਈ ਮਨੁੱਖਾਂ ਦੇ ਨਾਲ ਹੈ ਹੀ ਨਹੀਂ, ਮੈਂ ਨਾ ਤਾਂ ਇਹਨੇ ਮੇਰੇ ਨਾਲ ਜ਼ਮੀਨ ਵੰਡਣੀ ਆ, ਨਾ ਮੇਰੇ ਬੱਚਿਆਂ ਦੀ ਲੜਾਈ ਇਹਦੇ ਨਾਲ, ਨਾ ਸਾਡਾ ਘਰ ਇੱਕ, ਨਾ ਘਰ ਵਾਲਾ ਇੱਕ, ਅਤੇ ਅਸੀਂ ਕਾਹਤੇ ਲੜਨਾ। ਤਾਂ ਮਤਲਬ ਅਗਰ ਫਿਰ ਵੀ ਡਿਸਟਰਬੈਂਸ ਹੋ ਰਹੀ ਹੈ ਤਾਂ ਇਟ ਮੀਨ ਇੱਥੇ ਵੈਰੀ ਦੀ ਪਲੈਨਿੰਗ ਆ, ਇੱਥੇ ਸ਼ੈਤਾਨ ਦੀ ਯੋਜਨਾ ਆ। ਤਾਂ ਤੁਸੀਂ ਪ੍ਰਾਰਥਨਾ ਕਰੋ ਕਿ ਇਹ ਖੁਦਾਵੰਦ ਖੁਦਾ, ਕੋਈ ਵੈਰੀ ਦੀ ਸ਼ਕਤੀ ਮੇਰੀ ਸ਼ਾਂਤੀ ਦੀ ਚੋਰੀ ਨਹੀਂ ਕਰ ਸਕਦੀ, ਮੈਂ ਬਿਲਕੁਲ ਵੀ ਡਿਸਟਰਬ ਨਹੀਂ ਹੋਵਾਂਗਾ, ਕਿਉਂਕਿ ਇਹ ਸ਼ਾਂਤੀ ਪਰਮੇਸ਼ਵਰ ਦੀ ਆ, ਪਰਮੇਸ਼ਵਰ ਮਹਾਨ ਆ। ਔਰ ਜੋ ਵੀ ਸਿਚੁਏਸ਼ਨ ਹੈ ਨਾ, ਅਗਰ ਉਹ ਤੁਹਾਨੂੰ ਕੁਛ ਵੀ ਕਹਿ ਰਿਹਾ ਤਾਂ ਉਹਨੂੰ ਕਹੋ ਕੋਈ ਗੱਲ ਨਹੀਂ, ਮੇਰਾ ਖੁਦਾ ਸਭ ਸੋਰਟ ਆਊਟ ਕਰੇਗਾ, ਫਿਕਰ ਨਾ ਕਰੋ। ਕੁਛ ਰੋਂਗ ਵੀ ਹੋ ਗਿਆ ਤਾਂ ਉਸੇ ਵੇਲੇ ਤੁਸੀਂ ਸਮਝ ਆਓ ਕਿ ਵੈਰੀ ਤੁਹਾਡੀ ਪੀਸ ਆਫ ਮਾਈਂਡ ਨੂੰ ਚੋਰੀ ਕਰਨਾ ਚਾਹੁੰਦਾ ਆ, ਇਹ ਟੈਂਪਰੇਰੀਲੀ ਆ, ਮੇਰਾ ਖੁਦਾ ਪਰਮਾਨੈਂਟ ਆ। ਤਾਂ ਮੇਰਾ ਖੁਦਾ ਇਸ ਚੀਜ਼ ਨੂੰ ਜਿਹੜਾ ਆ, ਅਗਰ ਇਹ ਖਰਾਬ ਹੋ ਗਈ ਤਾਂ ਮੇਰਾ ਖੁਦਾ ਇਹਨੂੰ ਰਿਪੇਅਰ ਕਰਨ ਦੀ ਤਾਕਤ ਰੱਖਦਾ ਹੈ, ਅਗਰ ਇਹ ਡਿਸਟਰਬ ਆ ਤਾਂ ਮੇਰਾ ਖੁਦਾ ਇਹਨੂੰ ਸਟੇਬਲ ਕਰਨ ਦੀ ਜਿਹੜੀ ਆ ਤਾਕਤ ਰੱਖਦਾ ਹੈ।
ਅਗਰ ਇਹ ਗਲਤ ਆ ਤਾਂ ਮੇਰਾ ਖੁਦਾ ਇਹਨੂੰ ਠੀਕ ਕਰਨ ਦੀ ਤਾਕਤ ਰੱਖਦਾ ਹੈ, ਅਗਰ ਸਿਚੁਏਸ਼ਨ ਮੇਰੇ ਅਗੇਂਸਟ ਆ ਤਾਂ ਮੇਰਾ ਖੁਦਾ ਇਹਨੂੰ ਮੇਰੇ ਫੇਵਰ ਵਿੱਚ ਕਰਨ ਦੀ ਤਾਕਤ ਰੱਖਦਾ, ਪਰ ਕਿਸੇ ਮੁੱਲ 'ਤੇ ਵੀ ਮੈਂ ਆਪਣੀ ਸ਼ਾਂਤੀ ਨੂੰ ਡਿਸਟਰਬ ਨਹੀਂ ਹੋਣ ਦੇਣਾ, ਕਿਸੇ ਮੁੱਲ 'ਤੇ ਵੀ ਸਿਰ ਵਿੱਚ ਪੀੜ ਆ ਅਤੇ ਆਪਣੀ ਸ਼ਾਂਤੀ ਨੂੰ ਡਿਸਟਰਬ ਨਾ ਹੋਣ ਦਿਓ, ਸ਼ਾਂਤੀ ਨੂੰ ਇੰਨਾ ਜ਼ਿਆਦਾ ਵਧਾਓ, ਆਪਣੀ ਸ਼ਾਂਤੀ ਵੱਲ ਧਿਆਨ ਦਿਓ ਕਿ ਸ਼ਾਂਤੀ ਵੱਧ ਜਾਏ ਤਾਂ ਦਰਦ ਘੱਟ ਜਾਏ। ਅਗਰ ਮਨ ਦੇ ਵਿੱਚ ਉਦਾਸੀ ਜ਼ਿਆਦਾ ਆ ਤਾਂ ਆਪਣੇ ਅੰਦਰ ਪਈ ਹੋਈ ਖੁਸ਼ੀ ਵੱਲ ਦੇਖਣਾ ਸ਼ੁਰੂ ਕਰੋ, ਔਰ ਖੁਸ਼ੀ ਨੂੰ ਇੰਨਾ ਵਧਾ ਲਓ ਕਿ ਉਦਾਸੀ ਘੱਟ ਜਾਏ ਅਤੇ ਖੁਸ਼ੀ ਵੱਧ ਜਾਏ, ਤਾਂ ਉਹਨੂੰ ਦੂਜੀ ਚੀਜ਼ ਦੇ ਨਾਲ ਜਿਹੜਾ ਆ ਨਾ ਉਹ ਰਿਪਲੇਸ ਕਰੋ। ਤੁਹਾਡੇ ਅੰਦਰ ਹੀ ਸਾਰੀਆਂ ਚੀਜ਼ਾਂ ਆ, ਪਿਆਰ ਕਿਤਿਓਂ ਬਾਹਰੋਂ ਨਹੀਂ ਲੈ ਕੇ ਆਉਣਾ ਪੈਂਦਾ, ਜਦੋਂ ਤੁਹਾਨੂੰ ਕਿਸੇ 'ਤੇ ਪਿਆਰ ਆਉਂਦਾ ਤਾਂ ਤੁਸੀਂ ਕਿੱਥੋਂ ਮੁੱਲ ਲੈ ਕੇ ਆਉਂਦੇ ਹੋ, ਕੀ ਤੁਸੀਂ ਪਿਆਰ ਜਿਹੜਾ ਹੈ ਕਿਸੇ ਦੁਕਾਨ ਤੋਂ ਮੁੱਲ ਲੈ ਕੇ ਆਉਂਦੇ ਹੋ, ਜਾਂ ਕਿਸੇ ਨੂੰ ਤੁਸੀਂ ਕਹਿੰਦੇ ਹੋ ਕਿ ਅੱਜ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਨਾ, ਮੇਰਾ ਬੱਚਾ 5 ਸਾਲ ਬਾਅਦ ਕੈਨੇਡਾ ਤੋਂ ਆ ਰਿਹਾ, ਪਲੀਜ਼ ਤੁਸੀਂ ਆਪਣਾ ਪਿਆਰ ਮੈਨੂੰ ਉਧਾਰਾ ਦੇ ਦਿਓ, ਮੈਂ ਜਦੋਂ ਮੇਰਾ ਬੱਚਾ ਚਲੇ ਜਾਏਗਾ ਨਾ ਮੈਂ ਤੁਹਾਡਾ ਪਿਆਰ ਤੁਹਾਨੂੰ ਮੋੜ ਦਾਂਗੀ ਜਾਂ ਮੋੜ ਦੇਵਾਂਗਾ, ਮੈਨੂੰ ਜ਼ਿਆਦਾ ਪਿਆਰ ਦੀ ਜ਼ਰੂਰਤ ਹੈ ਕਿ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰ ਸਕਾਂ। ਤੁਸੀਂ ਕਿੱਥੋਂ ਇੰਨਾ ਪਿਆਰ ਲੈ ਕੇ ਆਉਂਦੇ ਹੋ? ਰਾਤ ਨੂੰ ਹੋ ਸਕਦਾ ਤੁਹਾਨੂੰ ਇੰਨਾ ਪਿਆਰ ਨਾ ਹੋਏ, ਤੁਹਾਡੇ ਕੋਲ ਉਨਾ ਪਿਆਰ ਨਾ ਹੋਏ, ਪਰ ਸਵੇਰ ਨੂੰ ਤੁਸੀਂ ਆਪਣੇ ਬੱਚੇ ਨੂੰ ਦੇਖਿਆ, ਤੁਸੀਂ ਆਪਣੇ ਬੱਚੇ ਦੀ ਆਵਾਜ਼ ਫੋਨ 'ਤੇ ਸੁਣੀ, ਤੁਸੀਂ ਆਪਣੇ ਬੱਚੇ ਨਾਲ ਗੱਲ ਕੀਤੀ, ਤੁਹਾਡਾ ਬੱਚਾ ਹੋਸਟਲ 'ਚੋਂ ਵਾਪਸ ਆਇਆ ਜਾਂ ਤੁਹਾਡਾ ਪਤੀ ਵਿਦੇਸ਼ ਦੇ ਵਿੱਚੋਂ ਵਾਪਸ ਆਇਆ, ਰਾਤੀ ਤੁਹਾਡੇ ਅੰਦਰ ਬਿਲਕੁਲ ਨਫ਼ਰਤ ਸੀ ਕਿਉਂਕਿ ਤੁਹਾਡੇ ਘਰ ਵਿੱਚ ਕਿਸੇ ਨਾਲ ਤੁਹਾਡੀ ਲੜਾਈ ਹੋਈ ਸੀ ਜਾਂ ਤੁਹਾਡੀ ਬੱਚਿਆਂ ਨਾਲ ਲੜਾਈ ਹੋਈ ਸੀ, ਪਰ ਕਿਸੇ ਨੂੰ ਦੇਖਦਿਆਂ ਤੁਸੀਂ ਸਾਰੇ ਸਿਰ ਤੋਂ ਪੈਰਾਂ ਤੱਕ ਪ੍ਰੇਮ ਨਾਲ ਭਰ ਗਏ, ਉਹ ਪ੍ਰੇਮ ਕਿੱਥੋਂ ਆਇਆ? ਇਟ ਮੀਨ ਤੁਹਾਡੇ ਅੰਦਰ ਹੀ ਆ, ਉਹ ਪ੍ਰੇਮ ਤੁਹਾਡੇ ਅੰਦਰ ਹੀ ਆ, ਤੁਸੀਂ ਬਿਲਕੁਲ ਸਵੇਰ ਦੇ ਪ੍ਰੇਮ ਨਾਲ ਭਰੇ ਹੋਏ ਸੀ, ਪਰ ਕੁਛ ਗੱਲ ਇਹੋ ਜਿਹੀ ਹੋਈ ਕਿ ਤੁਸੀਂ ਇੱਕਦਮ ਨਫ਼ਰਤ ਨਾਲ ਭਰ ਗਏ, ਇੱਕਦਮ ਗੁੱਸੇ ਦੇ ਨਾਲ ਭਰ ਗਏ, ਕ੍ਰੋਧ ਦੇ ਨਾਲ ਭਰ ਗਏ, ਸਿਰ ਤੋਂ ਪੈਰਾਂ ਤੱਕ ਤੁਸੀਂ ਉਸ ਚੀਜ਼ ਦੇ ਨਾਲ ਜਿਹੜਾ ਆ ਭਰ ਗਏ, ਤਾਂ ਉਹ ਨਫ਼ਰਤ ਤੁਸੀਂ ਕਿਹਦੇ ਤੋਂ ਮੰਗ ਕੇ ਲਿਆਏ ਕਿ ਪਲੀਜ਼ ਛੇਤੀ ਕਰ ਮੈਨੂੰ ਗੁੱਸਾ ਦੇ, ਮੈਂ ਉਸ ਵਿਅਕਤੀ ਦੇ ਉੱਤੇ ਜਿਹੜਾ ਆ ਗੁੱਸਾ ਕਰਨਾ ਆ, ਮੈਂ ਉਹਨੂੰ ਰਿਐਕਟ ਕਰਨਾ ਆ, ਪਲੀਜ਼ ਮੈਨੂੰ ਛੇਤੀ ਗੁੱਸਾ ਦੇ, ਲਿਫਾਫੇ 'ਚ ਹੀ ਪਾ ਦੇ, ਮੂੰਹ ਜ਼ਬਾਨੀ ਮੇਰੇ ਹੱਥ 'ਤੇ ਹੀ ਰੱਖ ਦੇ ਗੁੱਸਾ। ਕਦੀ ਇੱਦਾਂ ਹੋਇਆ? ਕਦੀ ਤੁਸੀਂ ਕਿਸੇ ਨੂੰ ਇੱਦਾਂ ਕਿਹਾ ਕਿ ਫਟਾਫਟ ਮੈਨੂੰ ਗੁੱਸਾ ਦੇ? ਨਹੀਂ, ਉਹ ਗੁੱਸਾ ਕਿੱਥੋਂ ਆਉਂਦਾ ਆ? ਤੁਹਾਡੇ ਅੰਦਰੋਂ ਹੀ ਤਾਂ ਆਉਂਦਾ ਆ ਨਾ। ਤੁਸੀਂ ਬਿਲਕੁਲ ਠੀਕ ਸੀਗੇ, ਤੁਸੀਂ ਪਿਆਰ ਨਾਲ ਭਰੇ ਸੀ, ਤੁਸੀਂ ਤਾਂ ਆਪਣੇ ਬੱਚਿਆਂ ਨੂੰ ਜਿਹੜਾ ਆ ਬੜੀਆਂ ਸੋਹਣੀਆਂ ਗੱਲਾਂ ਸੁਣਾ ਰਹੇ ਸੀ, ਤੁਸੀਂ ਆਪਣੇ ਹਸਬੈਂਡ ਦੇ ਨਾਲ ਬਹੁਤ ਅੱਛੇ ਸੀ, ਪਰ ਇੱਕਦਮ ਤੁਸੀਂ ਗੁੱਸੇ ਦੀ ਲਾਹਟ ਬਣ ਗਏ, ਤਾਂ ਗੁੱਸਾ ਕਿੱਥੇ ਸੀ? ਤੁਹਾਡੇ ਅੰਦਰ। ਪਿਆਰ ਕਿੱਥੇ ਸੀ? ਤੁਹਾਡੇ ਅੰਦਰ। ਤੁਸੀਂ ਬਹੁਤ ਸ਼ਾਊਟ ਕਰ ਰਹੇ ਸੀ ਪਰ ਤੁਸੀਂ ਚੁੱਪ ਕਰ ਗਏ, ਤਾਂ ਉਹ ਚੁੱਪ ਕਿੱਥੇ ਸੀ? ਉਹ ਸਾਇਲੈਂਸ ਕਿੱਥੇ ਸੀ? ਤੁਹਾਡੇ ਅੰਦਰ। ਤੁਸੀਂ ਬਹੁਤ ਚੁੱਪ ਸੀ ਪਰ ਇੱਕਦਮ ਤੁਸੀਂ ਸ਼ਾਊਟ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਸ਼ਾਊਟ ਕਿੱਥੇ ਸੀ? ਤੁਹਾਡੇ ਅੰਦਰ। ਤੁਹਾਡੇ ਅੰਦਰ ਹੀ ਆ ਨਾ, ਤਾਂ ਸਭ ਚੀਜ਼ਾਂ ਤੁਹਾਡੇ ਅੰਦਰ ਆ। ਜੇ ਇਸ ਵੇਲੇ ਬਸ ਸਾਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਕਿਹੜੇ ਵੇਲੇ ਕਿਹੜੀ ਚੀਜ਼ ਦਾ ਇਸਤੇਮਾਲ ਕਰਨਾ ਹੈ। ਅਗਰ ਸਾਨੂੰ ਉਹਨਾਂ ਚੀਜ਼ਾਂ ਦਾ ਰਾਈਟ ਟਾਈਮ 'ਤੇ ਯੂਜ਼ ਕਰਨਾ ਆ ਜਾਵੇ, ਗੁੱਸੇ ਕਈ ਜਗ੍ਹਾ ਇਹੋ ਜਿਹੀਆਂ ਜਿੱਥੇ ਤੁਹਾਨੂੰ ਗੁੱਸਾ ਵੀ ਕਰਨਾ ਪੈਂਦਾ, ਪਰ ਅਸੀਂ ਗੁੱਸਾ ਗਲਤ ਥਾਂ 'ਤੇ ਕਰਦੇ, ਕਈ ਵਾਰੀ ਅਸੀਂ ਗੁੱਸਾ ਆਪਣੇ ਬੱਚਿਆਂ 'ਤੇ ਕਰੀ ਜਾਂਦੇ, ਗੁੱਸਾ ਆਪਣੇ ਹਸਬੈਂਡ 'ਤੇ ਕਰੀ ਜਾਂਦੇ, ਗੁੱਸਾ ਆਪਣੇ ਗੁਆਂਢੀ 'ਤੇ ਕਰੀ ਜਾਂਦੇ, ਗੁੱਸਾ ਆਪਣੇ ਰਿਲੇਟਿਵਸ 'ਤੇ ਕਰੀ ਜਾਂਦੇ, ਗੁੱਸਾ ਆਪਣੇ ਕੁਲੀਗਸ ਦੇ ਨਾਲ ਕਰੀ ਜਾਂਦੇ, ਆਪਣੇ ਸਰਵੈਂਟਸ ਦੇ ਨਾਲ ਕਰੀ ਜਾਂਦੇ ਆ, ਪਰ ਕੀ ਆ ਕਿ ਐਕਚੁਅਲ ਦੇ ਵਿੱਚ ਗੁੱਸਾ ਤੁਸੀਂ ਕਰੋ ਨੈਗੇਟਿਵ ਐਨਰਜੀ ਦੇ ਨਾਲ, ਗੁੱਸਾ ਤੁਸੀਂ ਕਰੋ ਆਪਣੀਆਂ ਬੁਰੀਆਂ ਆਦਤਾਂ 'ਤੇ, ਗੁੱਸਾ ਕਰੋ ਆਪਣੇ ਬੁਰੇ ਸੁਭਾਅ 'ਤੇ, ਗੁੱਸਾ ਕਰੋ ਉਹ ਅੱਖਰ ਜਿਹੜੇ ਤੁਹਾਡੇ ਬਦਲ ਹੀ ਨਹੀਂ ਰਹੇ, ਗੁੱਸਾ ਖੁਦ 'ਤੇ ਕਰੋ ਨਾ, ਆਪਣੇ ਮਾੜੇ ਕੰਮਾਂ 'ਤੇ ਗੁੱਸਾ ਕਰੋ। ਅਗਰ ਕੋਈ ਜਣਾ ਤੁਹਾਡੇ ਨਾਲ ਗੁੱਸੇ ਆ, ਇਹ ਪੁੱਛਣ ਦੀ ਬਜਾਏ ਕਿ ਤੁਸੀਂ ਗੁੱਸੇ ਕਿਉਂ, ਪਹਿਲਾਂ ਤੁਸੀਂ ਇਹ ਆਪਣੇ ਆਪ ਨੂੰ ਪੁੱਛੋ ਕਿ ਮੈਂ ਇਹੋ ਜਿਹਾ ਕੀ ਕੀਤਾ ਕਿ ਮੇਰੇ ਨਾਲ ਗੁੱਸੇ ਹੋ ਗਏ, ਉਹ ਜ਼ਿਆਦਾ ਬੈਟਰ ਹੋਊਗਾ ਇਹ ਪੁੱਛਣ ਦੇ ਨਾਲੋਂ ਕਿ ਤੂੰ ਕਿਉਂ ਗੁੱਸੇ ਆ। ਇਹ ਪੁੱਛਣਾ ਬਹੁਤ ਜ਼ਰੂਰੀ ਆ ਕਿ ਤੂੰ ਕਿਉਂ ਗੁੱਸੇ ਆ, ਪਰ ਉਸ ਤੋਂ ਪਹਿਲਾਂ ਖੁਦ ਨਾਲ ਇਹ ਸਵਾਲ ਕਰੋ
ਕਿ ਮੈਂ ਇਹੋ ਜਿਹਾ ਕੀ ਕੀਤਾ ਕਿ ਮੇਰੇ ਨਾਲ ਗੁੱਸੇ ਹੋ ਗਿਆ? ਕੱਲ੍ਹ ਤਾਂ ਮੇਰੇ ਨਾਲ ਬੜਾ ਸਹੀ ਸੀ, ਅੱਜ ਮੇਰੇ ਨਾਲ ਨਹੀਂ ਬੋਲ ਰਿਹਾ, ਇਟ ਮੀਨ ਮੇਰੇ ਕੋਲੋਂ ਉਹੀ ਕੁਛ ਹੋਇਆ, ਤਾਂ ਮੇਰੇ ਕੋਲੋਂ ਕੀ ਹੋਇਆ? ਸਾਨੂੰ ਉਹ ਚੀਜ਼ ਸਮਝਣੀ ਹੋਊਗੀ, ਤਾਂ ਅਗਰ ਸਾਨੂੰ ਉਹ ਚੀਜ਼ ਸਮਝ ਵਿੱਚ ਆ ਗਈ ਤਾਂ ਨੈਕਸਟ ਟਾਈਮ ਅਸੀਂ ਉਹ ਗਲਤੀ ਨਹੀਂ ਕਰਾਂਗੇ, ਮੈਕਸੀਮਮ ਚਾਂਸ ਹੈ ਕਿ ਅਸੀਂ ਉਹ ਗਲਤੀ ਨਹੀਂ ਕਰਾਂਗੇ। ਤਾਂ ਇੱਕ ਗੁੱਡ ਸਰਵੈਂਟ ਹੋਣ ਦੇ ਲਈ, ਇੱਕ ਫੇਥਫੁੱਲ ਸਰਵੈਂਟ ਹੋਣ ਦੇ ਲਈ, ਮਤਲਬ ਇੱਕ ਅੱਛਾ ਸੇਵਾਦਾਰ ਬਣਨ ਦੇ ਲਈ, ਸਾਨੂੰ ਇੱਕ ਅੱਛਾ ਵਿਸ਼ਵਾਸੀ, ਸਾਨੂੰ ਇੱਕ ਅੱਛਾ ਇਨਸਾਨ ਬਣਨ ਦੀ ਜ਼ਰੂਰਤ ਹੈ। ਜਦ ਤੱਕ ਅਸੀਂ ਇੱਕ ਅੱਛਾ ਇਨਸਾਨ ਨਹੀਂ ਨਾ ਬਣ ਸਕਦੇ, ਅਸੀਂ ਕੁਛ ਵੀ ਅੱਛਾ ਨਹੀਂ ਬਣ ਸਕਦੇ। ਇੱਕ ਅੱਛਾ ਇਨਸਾਨ ਹੀ ਅੱਛਾ ਪਿਤਾ ਬਣ ਸਕਦਾ, ਅੱਛਾ ਇਨਸਾਨ ਹੀ ਅੱਛੀ ਮਾਂ ਬਣ ਸਕਦਾ, ਅੱਛਾ ਇਨਸਾਨ ਹੀ ਅੱਛਾ ਭਰਾ ਬਣ ਸਕਦਾ, ਅੱਛੀ ਭੈਣ ਬਣ ਸਕਦਾ,